ਨਾਲ ਜ਼ੁਲਮ ਦੇ ਮੱਥਾ ਲਾਇਆ, ਨਾਲ ਜ਼ੁਲਮ ਦੇ ਮੱਥਾ ਲਾਇਆ ਕਦੇ ਨਾ ਮਹਿਲੀ ਪਲਿਆ ਨੇ, ਨਾਲ ਜ਼ੁਲਮ ਦੇ ਮੱਥਾ ਲਾਇਆ ਕਦੇ ਨਾ ਮਹਿਲੀ ਪਲਿਆ ਨੇ, ਯੁੱਗ ਸਦਾ ਪਲਟਾਏ ਮਿੱਤਰੋ, ਯੁੱਗ ਸਦਾ ਪਲਟਾਏ ਮਿੱਤਰੋ, ਪੱਠੀ ਦੇ ਵਿੱਚ ਬਲਿਆ ਨੇ, ਪੱਠੀ ਦੇ ਵਿੱਚ ਬਲਿਆ ਨੇ। ਆਵਾਜ਼ੇ ਕੌਮ ਟੀ ਵੀ ਦੇ ਦਰਸ਼ਕੋ, ਤੁਹਾਨੂੰ ਮੈਂ ਕਾਇਮ ਸ਼ਖਸੀਅਤ ਨਾਲ ਅੱਜ ਮੁਲਾਕਾਤ ਕਰਵਾ ਰਿਹਾ ਕਿ ਤੁਹਾਨੂੰ ਪਤਾ ਹੋਊਗਾ ਕਿ ਅੰਮ੍ਰਿਤਸਰ ਸ਼ਹਿਰ ਜੋ ਹੈਰੀਟੇਜ ਸਟਰੀਟ ਆ, ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਸੀ, ਡੇਢ ਦੋ ਸਾਲ ਤੋਂ ਕਾਫੀ ਇੱਕ ਵਾਦ ਵਿਵਾਦ ਛਿੜਿਆ ਰਿਹਾ ਉੱਥੇ, ਔਰ ਡੇਢ ਦੋ ਸਾਲ ਵਾਦ ਵਿਵਾਦ ਚੱਲਦਾ ਰਿਹਾ, ਦਿਨ ਰਾਤ ਉਹ ਭਖਦਾ ਗਿਆ। ਔਰ ਇੱਕ ਦਿਨ ਐਸਾ ਆਇਆ ਕਿ ਉੱਥੇ ਜੋ ਹੈਰੀਟੇਜ ਸਟਰੀਟ ਦੇ ਉੱਪਰ ਜੋ ਦਰਬਾਰ ਸਾਹਿਬ ਨੂੰ ਜਾਂਦੀ ਹੈ, ਉੱਥੇ ਬੁੱਤ ਲੱਗੇ ਸੀ, ਜਿਨ੍ਹਾਂ 'ਤੇ ਸਿੱਖ ਕੌਮ ਵੱਲੋਂ ਬਹੁਤ ਜ਼ਿਆਦਾ ਕਿੰਤੂ ਪ੍ਰੰਤੂ ਉਠਾਇਆ ਜਾਂਦਾ ਸੀ ਕਿ ਸਿੱਖ ਕੌਮ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਗੁਰੂ ਘਰਾਂ ਜੋ ਰਸਤੇ ਜਾਂਦੇ ਆ, ਤਾਂ ਉਹ ਉਹਨਾਂ ਦੀ ਜਿਹੜੀ ਭਾਵਨਾ ਨੂੰ ਇਹ ਸੱਟ ਵੱਜਦੀ ਹੈ ਨਚਾਰ ਵੇਖ ਕੇ। ਔਰ ਜੇ ਅੰਦਰ ਜਾਂਦੇ ਆ ਤਾਂ ਅੰਦਰ ਜਾ ਕੇ ਜੋ ਲੋਕ ਇੱਥੋਂ ਵੇਖੇ ਜਾਂਦੇ ਆ ਭੰਗੜਾ ਪਾਉਂਦੇ ਨੂੰ, ਅਤੇ ਅੰਦਰ ਵੀ ਉਹ ਜਾ ਕੇ ਪ੍ਰਕਰਮਾ ਦੇ ਵਿੱਚ ਉਹੀ ਕੰਮ ਕਰਦੇ ਆ। ਸੋ ਇੱਥੋਂ ਹਟਣੀਆਂ ਚਾਹੀਦੀਆਂ ਆ, ਗੌਰਮੈਂਟ ਦੇ ਨਾਲ ਜਦੋਂ ਜਹਿਦ ਰਹੀ, ਚੱਲਦੀ ਰਹੀ, ਤਾਂ ਪਰ ਕਿਸੇ ਬੰਨੇ ਨਾ ਗੱਲ ਲੱਗੀ ਤਾਂ ਅਖੀਰ ਉਹੀ ਕੰਮ ਹੋਣਾ ਪਿਆ ਜੋ ਕਿ ਇੱਕ ਆਮ ਯੋਧੇ ਹੀ ਕਰਦੇ ਆ, ਹੋਰ ਕੋਈ ਸਰਕਾਰਾਂ ਨਹੀਂ ਕਰਦੀਆਂ। ਤਾਂ ਸੋ 15 ਤਰੀਕ ਦੀ ਰਾਤ ਵਾਲੇ ਦਿਨ ਤੁਹਾਨੂੰ ਪਤਾ ਹੋਊਗਾ ਕਿ ਉਸ ਦਿਨ ਉਹਨਾਂ ਬੁੱਤਾਂ ਨੂੰ ਤੋੜਿਆ ਗਿਆ, ਔਰ ਉਹਨਾਂ ਬੁੱਤ ਤੋੜਦੇ ਉੱਥੇ 8 ਤੋਂ 9 ਸਿੰਘ ਸੀ ਜਿਹੜੇ ਨੌਜਵਾਨ ਯੋਧੇ ਸੀ, ਔਰ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਪੇਸ਼ ਵੀ ਕੀਤਾ ਕਿ ਸਾਨੂੰ ਤੁਸੀਂ ਫੜ ਵੀ ਲਓ, ਕੋਈ ਗੱਲ ਨਹੀਂ, ਕਿਉਂਕਿ ਇਹ ਕੰਮ ਅਸੀਂ ਕੀਤਾ ਆ। ਔਰ ਉਹਨਾਂ ਉਸ ਤੋਂ ਬਾਅਦ ਇਹ ਕੀ ਹੋਇਆ ਕਿ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਵੇਖਿਆ ਆ ਕਿ ਮੋਰਚਾ ਲੱਗਾ, ਮੋਰਚਾ ਲੱਗਣ ਤੋਂ ਬਾਅਦ ਤੁਸੀਂ ਵੇਖਿਆ ਕਿ ਗੌਰਮੈਂਟ ਇਸ ਚੀਜ਼ ਦੇ ਅੱਗੇ ਝੁਕੀ ਆ, ਔਰ ਗੌਰਮੈਂਟ ਨੇ ਇਸ ਚੀਜ਼ ਨੂੰ ਮਨਜ਼ੂਰ ਕੀਤਾ ਕਿ ਵਾਕਿਆ ਹੀ ਇੱਥੋਂ ਬੁੱਤ ਹਟਾਉਣੇ ਚਾਹੀਦੇ ਆ, ਔਰ ਗੌਰਮੈਂਟ ਨੇ ਬੁੱਤ ਹਟਾ ਵੀ ਦਿੱਤੇ ਆ। ਅੱਜ ਜਿਸ ਸ਼ਖਸ ਨੂੰ ਅਸੀਂ ਮਿਲਾ ਰਹੇ ਹਾਂ, ਉਹਨਾਂ 8 ਯੋਧਿਆਂ ਦੇ ਵਿੱਚੋਂ ਇੱਕ ਸਾਡੇ ਨਾਲ ਵੀ ਖੜ੍ਹੇ ਨੇ, ਗੁਰਸੇਵਕ ਸਿੰਘ ਜੀ, ਜੋ ਪੜ੍ਹਦੇ ਵੀ ਨੇ ਔਰ ਆਪਣੇ ਕਲਾਸਾਂ ਵੀ ਲਾਉਂਦੇ ਨੇ, ਸਾਰਾ ਕੰਮ ਵੀ ਕਰਦੇ ਨੇ, ਔਰ ਇਸ ਦੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਰਸੇਵਕ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਪੜ੍ਹਦੇ ਜੇ? ਹਾਂਜੀ, ਪੜ੍ਹਾਈ? ਹਾਂਜੀ ਹਾਂਜੀ, ਪੜ੍ਹਾਈ ਕਰਦਾ। ਤੁਸੀਂ ਸਟੱਡੀ ਕਰਦੇ ਜੇ? ਹਾਂਜੀ, ਠੀਕ ਹੈ, ਤੁਹਾਡੀ ਕਾਲਜ ਸਟੱਡੀ ਆ? ਹਾਂਜੀ, ਠੀਕ ਆ। ਔਰ ਤੁਹਾਨੂੰ ਚੰਗਾ ਲੱਗਦਾ ਹੈ ਪੜ੍ਹਨਾ? ਹਾਂਜੀ ਹਾਂਜੀ, ਪੜ੍ਹਾਈ ਦੇ ਵਿੱਚ ਤੁਹਾਡਾ ਵਿਸ਼ਵਾਸ ਹੈ ਪੂਰਾ? ਹਾਂਜੀ, ਕਿ ਪੜ੍ਹਦੇ ਨਾਲ ਸਾਲ ਬਿਹਤਰ ਹੁੰਦਾ ਆ? ਹਾਂਜੀ ਹਾਂਜੀ, ਚੰਗਾ ਲੱਗਦਾ ਹੈ। ਹਾਂਜੀ, ਚੰਗਾ। ਔਰ ਕੀ ਮਤਲਬ ਪੜ੍ਹ ਕੇ ਵੀ ਕੁਛ ਕਰਨਾ ਚਾਹੁੰਦੇ? ਹਾਂਜੀ, ਅੱਗੇ ਪੜ੍ਹਾਈ ਕਰਕੇ ਵਧੀਆ ਲੈਵਲ 'ਤੇ ਕੋਈ ਜੋਬ ਵਗੈਰਾ ਕਰਨਾ ਚਾਹੁੰਦੇ? ਹਾਂਜੀ, ਜੋਬ ਵਗੈਰਾ ਕਰਨੇ ਚਾਹੁੰਦੇ ਆ? ਹਾਂਜੀ, ਠੀਕ ਆ। ਮਤਲਬ ਸਟੱਡੀ ਨੂੰ ਤੁਸੀਂ ਇਸ ਤਰ੍ਹਾਂ ਤੁਹਾਨੂੰ ਦਿਲੋਂ ਪੜ੍ਹਦੇ ਜਾਂ, ਔਰ ਪਿੱਛੇ ਤੁਸੀਂ ਤੁਹਾਡਾ, ਮੈਂ ਇਹ ਵੀ ਸੁਣਿਆ ਸੀ ਕਿ ਤੁਹਾਡਾ ਬਟਾਲੇ ਤੋਂ ਮੈਂ ਪਤਾ ਕੀਤਾ ਸੀ ਕਿ ਤੁਹਾਡਾ ਸਟੱਡੀ ਰਿਕਾਰਡ ਜਿਹੜਾ ਬਹੁਤ ਵਧੀਆ ਆ, ਔਰ ਤੁਹਾਨੂੰ ਸਕਾਲਰਸ਼ਿਪ ਵੀ ਮਿਲੀ ਆ, ਬਹੁਤ ਵਧੀਆ ਗੱਲ ਆ। ਅੱਛਾ, ਜੇ ਜੋ ਇਸ ਤਰ੍ਹਾਂ ਹੁਣ ਇੱਕ ਨਵਾਂ ਮੋੜ ਆਇਆ ਸੀ ਇੱਕ ਲਾਈਫ ਦੇ ਵਿੱਚ, ਇਹ ਜਿਹੜਾ ਬੁੱਤਾਂ ਵਾਲਾ ਤੁਹਾਡੇ ਕੋਲ ਤੁਹਾਡੇ ਮਨ 'ਚ ਵਿਚਾਰ ਆ, ਇਹ ਕਦੋਂ ਅਤੇ ਕਿਸ ਤਰ੍ਹਾਂ ਆਇਆ? ਇਹ ਨਾ ਆਪਣੇ ਵੀਰ ਅੰਮ੍ਰਿਤਪਾਲ ਸਿੰਘ ਹੋਣੀ ਆ ਕੌਮ ਦੇ ਰਾਖੇ ਪੇਜ ਚਲਾਉਂਦੇ ਇੰਸਟਾਗ੍ਰਾਮ 'ਤੇ ਜੀ, ਅਤੇ ਉਹਨਾਂ ਨੇ ਪੋਸਟ ਪਾਈ ਸੀ ਇੱਕ ਵੀ ਬੁੱਤਾਂ ਦੇ ਖਿਲਾਫ਼, ਵੀ ਜਿਹੜੇ ਸਿੰਘ ਕੰਮ ਕਰਨਾ ਚਾਹੁੰਦੇ ਆ ਜਾਂ ਸੇਵਾ ਲਾਉਣੀ ਚਾਹੁੰਦੇ ਆ ਜੀ, ਉਹ ਸਾਡੇ ਨਾਲ ਆਉਣ, ਅਸੀਂ ਫਿਰ ਉਹਨਾਂ ਨੂੰ ਮਿਲੇ ਦਰਬਾਰ ਸਾਹਿਬ ਸੇਵਾ ਕਰਦੇ ਹਾਂ ਜੀ, ਅਤੇ ਉਹਨਾਂ ਨਾਲ ਗੱਲਬਾਤ ਹੋਈ ਸਾਰੀ। ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਲੈਟਰ ਦਿੱਤੀਆਂ, ਜਥੇਦਾਰ ਸਾਹਿਬ ਹੋਣਾਂ ਨੂੰ, ਅਕਾਲ ਤਖ਼ਤ ਸਾਹਿਬ, SGPC, DC ਸਾਹਿਬ ਹੋਣਾਂ ਨੂੰ ਵੀ ਜੀ, ਅਤੇ ਕਿਸੇ ਨੇ ਸਾਡੀ ਸੁਣੀ ਨਹੀਂ ਆ ਜੀ, ਅਤੇ ਫਿਰ ਉਹਨਾਂ ਨੇ ਫਿਰ ਇਸ ਕੰਮ ਵਾਸਤੇ ਉਹਨਾਂ ਨੇ ਮੈਂਸ਼ਨ ਕੀਤਾ ਸੀ ਅਤੇ ਸਟੋਰੀ ਪਾਈ ਸੀ ਵੀ ਜਿਹੜੇ ਸਿੰਘ ਆਉਣਾ ਚਾਹੁੰਦੇ ਆ ਆ ਸਕਦੇ ਆ, ਫਿਰ ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਦੇ ਨਾਲ ਸਾਥ ਦਿੱਤਾ ਜੀ। ਉਸ ਤੋਂ ਪਹਿਲਾਂ ਕੋਈ ਹੋਰ ਉਪਰਾਲਾ ਵੀ ਮਨ 'ਚ ਆਇਆ ਵੀ ਇਹਨੂੰ ਹੋਰ ਕਿਸ ਉਪਰਾਲਾ ਵੀ ਕੀਤਾ ਜਾਵੇ ਜਾਂ ਮਤਲਬ ਇਹੋ ਜਿਹਾ ਖਿਆਲ ਮਨ 'ਚ ਆਇਆ? ਹਾਂਜੀ, ਜਿੱਦਾਂ ਮੈਂ ਦੱਸ ਚੁੱਕਿਆ ਵੀ ਉਹਨਾਂ ਨੇ ਲੈਟਰ ਦਿੱਤੀਆਂ ਪਹਿਲਾਂ, ਉਹਨਾਂ ਨਹੀਂ ਗੱਲ ਬਣੀ ਜੀ, ਫਿਰ ਇਹੋ ਤਰੀਕਾ ਸੀ ਕਲਾਸ 'ਚ, ਫਿਰ ਉਹੀ ਤਰੀਕਾ ਵਰਤਿਆ ਗਿਆ ਜੀ, ਉਹ ਤਰੀਕਾ ਵਰਤਿਆ ਗਿਆ। ਤਾਂ ਜਦੋਂ ਤੁਸੀਂ ਮਤਲਬ ਬੁੱਤ ਤੋੜੇ ਫਿਰ ਭੱਜਣ ਨੂੰ ਦਿਲ ਨਹੀਂ ਕੀਤਾ? ਨਹੀਂ ਨਹੀਂ ਜੀ, ਭੱਜਣ ਨੂੰ ਦਿਲ ਨਹੀਂ, ਕੋਈ ਦਿਲ ਨਹੀਂ ਕੀਤਾ? ਹਾਂਜੀ, ਤੁਸੀਂ ਮਤਲਬ ਇਹ ਗੱਲ ਨੂੰ ਮਨਜ਼ੂਰ ਕੀਤਾ? ਕੋਈ ਗੱਲ ਨਹੀਂ, ਹਾਂਜੀ ਹਾਂਜੀ, ਇਸ ਅੱਗੇ ਇਹ ਕੰਮ ਅਸੀਂ ਕੀਤਾ ਹੈ। ਹਾਂਜੀ ਹਾਂਜੀ ਹਾਂਜੀ, ਠੀਕ ਆ। ਔਰ ਉਸ ਤੋਂ ਇਲਾਵਾ ਜਦੋਂ ਤੁਸੀਂ ਪੇਸ਼ੀ ਹੋਈ ਆ, ਉਸ ਤੋਂ ਬਾਅਦ ਜੋ ਅੰਦਰ ਪੁਲਿਸ ਦਾ ਕੋਈ ਤਸ਼ੱਦਦ ਵਗੈਰਾ ਹੋਇਆ? ਹਾਂਜੀ, ਉਹ ਤਾਂ ਚਲੋ ਉਹਨਾਂ ਨੇ ਕੋਈ ਕਾਰਵਾਈ ਕਰਨੀਆਂ ਹੁੰਦੀਆਂ ਆਪਣੀਆਂ, ਜਿਹੜੀਆਂ ਉਹਨਾਂ ਨੇ ਕੀਤੀਆਂ ਪ੍ਰਸ਼ਾਸਨ ਨੇ ਆਪਣੇ ਵੱਲੋਂ ਵੀ,
ਹਾਂਜੀ ਪ੍ਰਸ਼ਾਸਨ ਨੇ ਆਪਣੇ ਕਾਰਵਾਈ ਜੋ ਕੀਤੀ ਹੈ ਉਹ ਤੁਹਾਨੂੰ ਕੋਈ ਉੱਤੇ ਗਿਲਾ ਨਹੀਂ ਗਾ। ਹਾਂਜੀ ਗਿਲਾ ਨਹੀਂ ਗਾ। ਚਲੋ ਹੁਣ ਜੇ ਅੱਜ ਸ਼ਾਮ ਆਪਣਾ ਇਹ ਤਾਂ ਮੋਰਚਾ ਫਤਿਹ ਵੀ ਹੋ ਗਿਆ, ਸਰਕਾਰਾਂ ਨੇ ਪ੍ਰਸ਼ਾਸਨ ਨੇ ਮੰਨ ਵੀ ਲਿਆ ਆ, ਹੈ ਤਾਂ ਚੰਗਾ ਲੱਗਾ ਆ ਕਿ ਪ੍ਰਸ਼ਾਸਨ ਨੇ ਠੀਕ ਜਵਾਬ ਦਿੱਤਾ ਹੈ। ਹਾਂਜੀ ਕਈ ਹਾਲ ਤੱਕ ਤਾਂ ਠੀਕ ਹੈ, ਵੇਖਿਆ ਜਾਵੇ ਤਾਂ ਜਿਹੜਾ ਮੋਰਚਾ ਲਾਇਆ ਸੀ ਸੰਗਤਾਂ ਨੇ, ਸੰਗਤਾਂ ਦੇ ਨਾਲ ਸਹਿਯੋਗ ਨਾਲ ਸਾਰਾ ਚੜ੍ਹਦੀ ਕਲਾ ਨਾਲ ਮੋਰਚਾ ਫਤਿਹ ਹੋਇਆ ਜੀ। ਸਾਰਿਆਂ ਦਾ ਜਥੇਬੰਦੀਆਂ ਦਾ ਬੜਾ ਯੋਗਦਾਨ ਰਿਹਾ ਇਹਦੇ ਵਿੱਚ ਜੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਜਿਹੜਾ ਮੋਰਚਾ ਸੀ ਉਹ ਫਤਿਹ ਹੋ ਗਿਆ ਮਹਾਰਾਜ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ। ਅਤੇ ਜਿਹੜੇ ਕੇਸ ਚੱਲਦੇ ਆ, ਮਤਲਬ ਇਹ ਮਨ 'ਚ ਆਉਂਦਾ ਖਿਆਲ ਵੀ ਜੇ ਬੁੱਤ ਨਹੀਂ ਰਹੇ ਤਾਂ ਕੇਸ ਵੀ ਮਿਲ ਖਤਮ ਹੋਣਾ ਚਾਹੀਦਾ? ਹਾਂਜੀ 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 ਹੋਣਾ ਚਾਹੀਦਾ, ਹੋਣਾ ਚਾਹੀਦਾ। ਪੜ੍ਹਨ ਨੂੰ ਦਿਲ ਕਰਦਾ? ਹਾਂਜੀ ਪੜ੍ਹਨਾ ਵੀ ਆ ਨਾਲ, ਪੜ੍ਹਨਾ ਵੀ। ਹਾਂਜੀ ਪੜ੍ਹਨਾ ਨਾਲ ਹੈਗਾ, ਕੌਮੀ ਜਜ਼ਬਾ ਵੀ ਨਾਲ ਹੈਗਾ। ਹਾਂਜੀ ਹਾਂਜੀ ਹਾਂਜੀ। ਇਹ ਕੌਮੀ ਜਜ਼ਬੇ ਪ੍ਰੇਰਨਾ ਕਿੱਥੋਂ ਮਿਲਦੀ ਤੁਹਾਨੂੰ? ਇਹ ਆਪਣੇ ਇਤਿਹਾਸ ਤੋਂ ਹੀ ਮਿਲਦੀ ਹੈ ਜੀ। ਇਤਿਹਾਸ ਸੁਣਦੇ ਪੜ੍ਹਦੇ ਆਏ ਹਾਂ, ਆਪਣਾ ਸਿੱਖ ਇਤਿਹਾਸ ਯੋਧਿਆਂ ਦਾ, ਜੁਝਾਰੂਆਂ ਦਾ ਜੀ, ਅਤੇ ਉੱਥੋਂ ਹੀ ਆਪਾਂ ਨੂੰ ਇਹ ਪ੍ਰੇਰਨਾ ਮਿਲਦੀ ਆ। ਮੈਨੂੰ ਮਤਲਬ 2 ਸਾਲ ਹੋਏ ਆ ਅਜੇ ਸਿੰਘ ਸਜੇ ਨੂੰ ਜੀ, ਉਸ ਤੋਂ ਪਹਿਲਾਂ ਮੈਂ ਅੰਮ੍ਰਿਤਧਾਰੀ ਨਹੀਂ, ਹੁਣ ਅੰਮ੍ਰਿਤ ਛੱਕ ਕੇ ਫਿਰ ਜੀ ਸਿੰਘ ਸਜੇ। ਜਦੋਂ ਬੁੱਤ ਤੋੜਨੇ ਸੀ ਉਦੋਂ ਮਤਲਬ ਮਨ 'ਚ ਖਿਆਲ ਤਾਂ ਆਇਆ ਹੋਊਗਾ ਵੀ ਇਹਦਾ ਰਿਜ਼ਲਟ ਤਾਂ ਮਤਲਬ ਗੌਰਮੈਂਟ ਨੇ ਮਾੜਾ ਹੀ ਕੱਢਣਾ ਹਕੂਮਤ ਨੇ। ਹਾਂਜੀ ਹਾਂਜੀ ਹਾਂਜੀ, ਅਤੇ ਉਹਦਾ ਮਤਲਬ ਉਹਦਾ ਅਸਰ ਵੀ ਮਾੜਾ ਹੀ ਹੋਊਗਾ। ਹਾਂਜੀ ਹਾਂਜੀ, ਮਾਂ ਪਿਓ ਪੜ੍ਹਾਉਂਦੇ ਵੀ ਆ। ਹਾਂਜੀ, ਅਤੇ ਮਾਂ ਪਿਓ ਦਾ ਖਿਆਲ ਆਇਆ ਹੀ ਹੋਊ ਉਦੋਂ। ਚਲੋ ਫਿਰ ਸੋਚਿਆ ਵੀ ਮਹਾਰਾਜ ਨੇ ਹੁਣ ਬਖਸ਼ੀ ਆ ਸੇਵਾ, ਅਤੇ ਹੁਣ ਨੇਪਰੇ ਚਾੜ੍ਹਨੀ ਆ ਜੀ, ਅਤੇ ਉਹਨਾਂ ਦੀ ਕਿਰਪਾ ਸਦਕਾ ਹੀ ਸੇਵਾ ਸਫਲ ਹੋਈ ਮਹਾਰਾਜ ਨੇ। ਅਤੇ ਯਾਨੀ ਕੋਈ ਚੰਗਾ ਲਗਾ, ਕੋਈ ਨਹੀਂ ਗਾ ਵੀ ਇਹ ਵੀ ਕੰਮ ਕਰਨਾ ਚਾਹੀਦਾ, ਕਰਨਾ ਚਾਹੀਦਾ। ਹਾਂਜੀ, ਕਿਵੇਂ ਕੰਮ ਕਰਨਾ ਚਾਹੀਦਾ, ਕਰਨ ਵਾਲਾ ਹੀ ਕੰਮ। ਹਾਂਜੀ, ਉਸ ਤੋਂ ਪਹਿਲਾਂ ਮਾਂ ਪਿਓ ਨੂੰ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ? ਨਹੀਂ ਨਹੀਂ, ਸਵੈ ਜਥੇਬੰਦੀਆਂ ਦੇ ਨਾਲ ਕਿਸੇ ਹੋਰ ਤੋਂ ਕਿਸੇ ਜਥੇਬੰਦੀ ਨਾਲ ਕੋਈ ਸਾਡਾ ਨਾ, ਮਤਲਬ ਉਹੀ ਮਤਲਬ ਜਥੇਬੰਦੀ ਜਿੰਨੇ ਗਰੁੱਪ ਸੀ ਤੁਹਾਡਾ? ਹਾਂਜੀ ਹਾਂਜੀ ਹਾਂਜੀ, ਤਾਂ ਉਹੀ ਵੀ ਚੜ੍ਹਦੀ ਕਲਾ ਕੰਮ ਹੈ, ਕਰਨਾ ਪੈਣਾ। ਹਾਂਜੀ ਹਾਂਜੀ, ਕਰਨਾ ਪੈਣਾ। ਹਾਂਜੀ, ਉਹਨਾਂ ਨੇ ਗੱਲਬਾਤ ਕੀਤੀ ਸਾਰਿਆਂ ਨਾਲ ਜੀ, ਅਤੇ ਸਾਰੇ ਸਿੰਘ ਫਿਰ ਮੋਰਚਾ ਫਤਿਹ ਕੀਤਾ। ਸੋ ਇਹ ਬੁੱਤ ਮੋਰਚਾ ਚਲੋ ਸਮਝ ਲਿਆ ਫਤਿਹ ਹੋ ਗਿਆ ਆ, ਠੀਕ ਆ, ਪਰ ਇਹ ਬੁੱਤ ਜੋ ਸਾਡਾ ਸੱਭਿਆਚਾਰ ਨਹੀਂ ਸੀ, ਇਹ ਸਿੱਖ ਸੱਭਿਆਚਾਰ ਨਹੀਂ ਗਾ, ਨਹੀਂ ਹੈਗਾ ਨਾ? ਹਾਂਜੀ, ਆਪਾਂ ਸਿੱਖ ਸੱਭਿਆਚਾਰ ਇਹ ਖਤਮ ਹੋ ਗਿਆ, ਚਲੋ ਇਹ ਬੁੱਤਾਂ ਦਾ ਜਿਹੜਾ ਇਹ ਵੀ ਉੱਥੇ ਲੱਥ ਵੀ ਗਏ ਆ, ਅਤੇ ਕੀ ਬੁੱਤ ਖਤਮ ਹੋਣ ਨਾਲ ਇੱਕ ਖਾਲਸੇ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਂਦੀਆਂ ਕਿ ਖਤਮ ਹੋ ਜਾਂਦੀਆਂ ਕਿ ਹੈ ਨੇ ਅੱਗੇ ਜ਼ਿੰਮੇਵਾਰੀਆਂ? ਹਾਂਜੀ ਹਾਂਜੀ, ਨਹੀਂ ਜ਼ਿੰਮੇਵਾਰੀਆਂ ਤਾਂ ਨਹੀਂ ਖਤਮ ਹੁੰਦੀਆਂ ਇੱਥੋਂ, ਸਗੋਂ ਜ਼ਿੰਮੇਵਾਰੀਆਂ ਹੋਰ ਸ਼ੁਰੂ ਹੁੰਦੀਆਂ, ਅਜੇ ਬਹੁਤ ਸਾਰੇ ਕਾਰਜ ਕਰਨ ਵਾਲੇ ਆ ਕੌਮ ਦੇ ਵਿੱਚ ਜਿਹੜੇ ਕਰਨੇ ਚਾਹੀਦੇ ਆ। ਜਿੱਦਾਂ ਇਹ ਹੈਰੀਟੇਜ ਸਟਰੀਟ ਨਾਲ ਕਈ ਸਾਡੀ ਵਿਰਾਸਤੀ ਹੈ ਜੀ, ਹਾਂਜੀ ਹਾਂਜੀ, ਅਤੇ ਵਿਰਾਸਤ ਜਿਹੜੀ ਆ ਉਹ ਖਾਲਸੇ ਦੀ ਵਿਰਾਸਤ ਤੋਂ ਹੀ ਵੇਖਿਆ ਹੈ ਕਿ ਬਹੁਤ ਜ਼ਿਆਦਾ ਜੇ ਆ, ਹਰ ਥਾਂ ਥਾਂ 'ਤੇ ਸਾਡੀ ਵਿਰਾਸਤ ਜਿਹੜੀ ਆ ਉਹ ਬਾਬਿਆਂ ਨੇ ਵੀ, ਜਿਸ ਤਰ੍ਹਾਂ ਤੁਸੀਂ ਸਪੋਜ਼ ਕਰ ਲੈਂਦੇ, ਆਪਾਂ ਇੱਕ ਛੋਟੀ ਗੱਲ ਕਰ ਲੈਂਦੇ ਕਿ ਤਰਨ ਤਾਰਨ ਲਈ ਡਿਊੜੀ ਜਿਸ ਤਰ੍ਹਾਂ ਆਪਣਾ ਹਟਾਈ ਆ, ਉਹ ਐਡੀ ਵੱਡੀ ਵਿਰਾਸਤੀ ਸੀ, ਉਹ ਮਤਲਬ ਉਹਦੇ ਬਾਰੇ ਵੀ ਕਦੀ ਮਨ 'ਚ ਖਿਆਲ ਨਹੀਂ ਆਇਆ ਵੀ ਇਹ ਵੀ ਬਣਨੀ ਚਾਹੀਦੀ, ਉਸੇ ਤਰ੍ਹਾਂ ਹੋਣੀ ਚਾਹੀਦੀ ਸੀ, ਬਾਬਿਆਂ ਨੇ ਗਲਤ ਕੰਮ ਕੀਤਾ। ਹਾਂਜੀ ਹਾਂਜੀ, ਚਲੋ ਰੋਸ ਤਾਂ ਸੀਗਾ ਮਨ 'ਚ, ਪਰ ਉਦੋਂ ਆਪਾਂ ਕਰ ਨਹੀਂ ਸਕਦੇ ਇੰਨਾ ਜੀ, ਅਤੇ ਚਲੋ ਉਹ ਤਾਂ ਗਲਤੀ ਉਹਨਾਂ ਨੇ ਕੀਤਾ ਜੋ ਕੀਤਾ, ਪੁਰਾਤਨ ਜਿਹੜੀ ਸੀ ਜਿਹੜੀ ਉਹਨਾਂ ਨੇ ਹਟਾਤੀ ਇਤਿਹਾਸ ਸੀ ਆਪਣਾ ਦਰਸਾਉਂਦੀ ਜੀ, ਅਤੇ ਉਹਨਾਂ ਨੇ ਗਲਤ ਕੀਤਾ ਜੋ ਵੀ, ਉਹਨਾਂ ਨੂੰ ਵੀ ਮਤਲਬ ਕਹਿਣ ਨੂੰ ਦਿਲ ਨਹੀਂ ਕਰਦਾ ਕਿ ਬਾਬਿਆਂ ਨੂੰ ਵੀ ਜਾ ਕੇ ਸਮਝਾਈਏ ਵੀ ਬਾਬਾ ਜੀ ਤੁਸੀਂ ਸਾਡਾ ਇਤਿਹਾਸ ਖਤਮ ਕਰਤਾ ਆ, ਜਿਸ ਤਰ੍ਹਾਂ ਵੇਖੋ ਵੀ ਸਾਡੇ ਸਾਡੀ ਸਰਹੰਦ ਸੀ ਜਿਹੜੀ ਦੀਵਾਰ ਸੀ ਉਹ ਨਹੀਂ ਲੱਭ ਰਹੀ, ਠੀਕ ਹੈ, ਉਹ ਠੰਡੇ ਬੁਰਜ ਜਿਹੜੇ ਉੱਚੇ ਜਿਹੇ ਬਣੇ ਸੀ ਅਤੇ ਬਾਬਿਆਂ ਨੇ ਉਹ ਵੀ ਨਹੀਂ ਰਹਿਣ ਤੇ, ਹਾਂਜੀ ਹਾਂਜੀ, ਉਹ ਵੀ ਨਹੀਂ ਰਹੇ, ਮਤਲਬ ਇਸ ਬੰਨੇ ਵੀ ਮਤਲਬ ਜੇ ਕਦੀ ਵੀ ਵਿਚਾਰ ਆਇਆ ਵੀ ਜਾਂ ਇਸ ਤਰ੍ਹਾਂ ਦਾ ਇਹ ਵੀ ਉਪਰਾਲਾ ਕੀਤਾ ਜਾਵੇ ਕਿ ਸਾਡੀ ਵਿਰਾਸਤ ਨੂੰ ਵਾਕਿਆ ਕਾਇਮ ਵੀ ਰੱਖਿਆ ਜਾਵੇ, ਹਾਂਜੀ ਹਾਂਜੀ ਹਾਂਜੀ, ਤਾਂ ਕਿਸ ਤਰ੍ਹਾਂ ਮਤਲਬ ਤੁਹਾਡੇ ਮਨ 'ਚ ਫਿਰ ਕੀ ਜੇ ਆਪਾਂ ਇਹਨਾਂ ਵਿਰਾਸਤਾਂ ਨੂੰ ਹੋਰ ਜੇ ਖਾਲਸੇ ਜੇ ਮੇਰੇ ਸਮਝੀਏ ਤਾਂ ਫਿਰ ਨੂੰ ਕਿਸ ਤਰ੍ਹਾਂ ਕਰਾਂਗੇ ਆਪਾਂ ਹੱਲ ਕਿ ਸਾਡੀਆਂ ਵਿਰਾਸਤਾਂ ਹੈ ਜਿਹੜੀਆਂ? ਹਾਂਜੀ, ਨਿਸ ਮਤਲਬ ਮਨ 'ਚ ਆਉਂਦਾ ਹੈ ਕਿ ਉਹ ਕਰੀਏ ਤਕੜੇ ਹੋ ਕੇ? ਹਾਂਜੀ ਹਾਂਜੀ ਆਉਂਦਾ ਜੀ ਆਉਂਦਾ, ਤਾਂ ਕਿ ਨਾ ਦਿਲ ਕਰਦਾ ਵੀ ਉਹਨਾਂ ਨਾਲ ਜਾ ਕੇ ਬਹਿ ਕੇ ਆਪਾਂ ਇੱਕ ਸੰਵਿਧਾਨਕ ਤਰੀਕੇ ਨਾਲ ਹੀ ਗੱਲ, ਸੰਵਿਧਾਨਕ ਤਰੀਕੇ ਨਾਲ ਕਾਨੂੰਨੀ ਤੌਰ 'ਤੇ ਗੱਲਬਾਤ ਉਹਨਾਂ ਨੇ ਕਰੀਏ, ਜੋ ਵੀ ਹੱਲ ਹੋ ਸਕਦਾ ਉਹ ਕੱਢੀਏ, ਜੋ ਵੀ ਹੱਲ ਹੋ ਸਕਦਾ ਕੱਢੀਏ ਸੰਵਿਧਾਨਕ ਤੌਰ 'ਤੇ। ਹਾਂਜੀ, ਉਹਨਾਂ ਨਾਲ ਗੱਲਬਾਤ ਕਰੀਏ, ਗੱਲਬਾਤ ਕਰਕੇ ਆਪਣੀ ਬਾਬਿਆਂ ਨਾਲ ਕਰੀਏ, ਬਚਾਈ ਜਾਵੇ ਪੁਰਾਤਨ ਜਿਹੜੀ ਇਤਿਹਾਸ ਦਰਸਾਉਂਦੀ ਆ।
ਜਿਸ ਤਰ੍ਹਾਂ ਸਾਡਾ ਹੁਣ ਤੁਸੀਂ ਵੇਖਿਆ ਵਾ ਵੀ ਇਤਿਹਾਸ ਆ ਸਾਡਾ ਅੱਜ ਕੱਲ੍ਹ ਪੜ੍ਹਾ ਆ ਰਿਹਾ ਕਿਤਾਬਾਂ ਦੇ ਵਿੱਚ ਵੀ ਉਹ ਇਤਿਹਾਸ ਸਾਡਾ ਬਿਲਕੁਲ ਰਲਗੜ ਕਰੀ ਜਾ ਰਹੇ ਆ, ਹਾਂਜੀ ਰਲਗੜ ਕਰ ਰਹੇ ਆ, ਇਤਿਹਾਸ ਕਰ ਰਹੇ ਆ, ਸਾਡੀਆਂ ਕਿਤਾਬਾਂ ਦੇ ਵਿੱਚ ਸਾਡੀ ਹਿਸਟਰੀ ਖਤਮ ਕਰ ਰਹੇ ਆ, ਹਾਂਜੀ ਅਤੇ ਇਹਨਾਂ ਚੀਜ਼ਾਂ ਬਾਰੇ ਵੀ ਕਦੀ ਪੰਚੇ ਤਰ੍ਹਾਂ ਦਾ? ਹਾਂਜੀ ਆਉਂਦਾ ਤਾਂ ਹੈਗਾ ਮਨ 'ਚ ਵੀ ਇੱਧਰ ਕੋਈ ਕਰੀਏ, ਕੋਈ ਉਪਰਾਲਾ ਕਰੀਏ ਇਹਦੇ ਵਾਸਤੇ ਵੀ, ਅਤੇ ਅੱਜ ਵੀ ਸਿੰਘ ਆਪਾਂ ਨੂੰ ਮਿਲੇ ਆ ਜਿਹੜੇ ਉਹਨਾਂ ਨੇ ਇਤਿਹਾਸ ਗਲਤ ਲਿਖਿਆ ਗਿਆ ਸੀ ਕਿਤਾਬ ਦੇ ਵਿੱਚ, ਜੀ ਜੀ, ਅਤੇ ਉਹ ਵੀ ਉਹ ਤਿਆਰੀ ਕਰ ਰਹੇ ਆ ਵੀ ਆਪਾਂ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੀਏ, ਜੀ ਜੀ, ਉਹਨਾਂ ਨੂੰ ਚਿੱਠੀ ਪੱਤਰ ਦੇਈਏ, ਸਾਰਾ ਪਰੂਫ ਦੇ ਨਾਲ ਲਾ ਕੇ ਸਾਰਾ ਉਹਨਾਂ ਨੇ ਤਿਆਰੀ ਕੀਤੀ ਆ, ਉਹ ਸਿੰਘ ਮਿਲ ਕੇ ਫਿਰ ਕਰਾਂਗੇ ਉੱਥੇ ਵੀ। ਸਾਡੇ ਆਪਣੇ 13 ਅਪ੍ਰੈਲ 1919 ਜੋ ਜਲਿਆਂਵਾਲੇ ਬਾਗ ਦਾ ਬੜਾ ਵੱਡਾ ਇਤਿਹਾਸ ਆ, ਹਾਂਜੀ ਬਹੁਤ ਵੱਡਾ ਇਤਿਹਾਸ ਆ, ਬੜੇ 850 ਤੋਂ ਉੱਪਰ ਉੱਥੇ ਸ਼ਹੀਦ ਲੋਕ ਜਿਹੜੇ ਉਹ ਇਕੱਲੇ ਸਿੱਖ ਕੌਮ ਦੇ ਵਿੱਚੋਂ ਹੀ ਆ, ਕੋਈ 1300 ਕਰੀਬ ਲਾਗੇ ਦੱਸੇ ਜਾਂਦੇ ਆ, ਵੀ ਬਾਕੀ ਦੂਜੇ ਕੌਮ ਦੇ ਸੀ ਹੈਗੇ ਆ। ਉੱਥੇ ਵੀ ਜਿਸ ਤਰ੍ਹਾਂ ਹੁਣ ਸੁਣਿਆ ਹੈ ਕਿ ਮਤਲਬ ਉੱਥੇ ਉਹ ਜਿਹੜੀਆਂ ਨਿਸ਼ਾਨੀਆਂ ਪੁਰਾਣੀਆਂ ਉੱਥੇ ਗੋਲੀਆਂ ਦੇ ਨਿਸ਼ਾਨ ਸੀ, ਅਤੇ ਉਹ ਇਸ ਸਮੇਂ ਖਤਮ ਹੋ ਰਹੇ ਆ, ਅਤੇ ਬਾਹਰਲੇ ਬੰਨੇ ਜਿੱਥੇ ਬੁੱਤ ਲੱਗਾ ਆ ਅਤੇ ਉਹ ਆਪਣੇ ਸ਼ਹੀਦ ਊਧਮ ਸਿੰਘ ਦਾ, ਅਤੇ ਉੱਥੇ ਵੀ ਉਹ ਬੁੱਤ ਵੀ ਜਿਹੜਾ ਢੱਕਿਆ ਗਿਆ ਆ, ਮਤਲਬ ਉਹ ਲਾਗੇ ਹੀ ਸੀ, ਬਿਲਕੁਲ ਉਹ ਮਨ ਨਹੀਂ ਆਇਆ ਵੀ ਇਹ ਵੀ ਸਾਡਾ ਇਤਿਹਾਸ, ਇਹਨੂੰ ਵੀ ਸਾਹਮਣਾ ਚਾਹੀਦਾ। ਹਾਂਜੀ 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 ਹਾਂਜੀ। ਉਹਦੇ ਬਾਰੇ ਵੀ ਮਤਲਬ ਕੋਈ ਜਥੇਬੰਦੀਆਂ ਕਿਸੇ ਨੂੰ ਕੋਈ ਮਿਲਣਗੇ ਜਾਂ ਕੋਈ ਕੁਛ ਕਰਨਗੀਆਂ? ਹਾਂਜੀ ਹਾਂਜੀ ਕਰਨਗੇ ਜੀ ਉਹਦੇ ਬਾਰੇ ਵੀ। ਜੀ ਵੇਖੋ ਉਹਨਾਂ ਨੇ ਮਤਲਬ ਉੱਥੇ ਹੁਣ ਟਿਕਟ ਵੀ ਲਾ ਦੇਣ ਲੱਗੀ ਜਦੋਂ ਕਿ ਯੋਧਿਆਂ ਦੀ ਵਿਰਾਸਤੀ ਮਹਿਸੂਸ ਨਹੀਂ ਲੱਗਣੀ ਚਾਹੀਦੀ, ਨਹੀਂ ਲੱਗਣੀ ਚਾਹੀਦੀ ਉਹ। ਹਾਂਜੀ ਉਹਦੇ ਬਾਰੇ ਕੀ ਤੁਹਾਡਾ ਵਿਚਾਰ, ਕਿਸ ਤਰ੍ਹਾਂ ਕਰੋਗੇ, ਮਤਲਬ ਕੋਈ ਹੋਊਗਾ ਆਉਣ ਵਾਲੇ ਸਮੇਂ ਤੁਹਾਡੇ ਕੋਲ ਆਸ ਰੱਖੀ ਜਾਊਗੀ? ਹਾਂਜੀ ਹਾਂਜੀ ਇਹ ਤਾਂ ਵੇਖੋ ਜੀ ਹਜੇ ਤਾਂ ਪਹਿਲਾ ਸਟੈਪ ਹੀ ਹੈ ਜਿਹੜਾ ਮੋਰਚਾ ਲੱਗਾ ਸੀ, ਅਤੇ ਗਾਂਹ ਸੰਗਤ ਸੇਵਾ ਮਹਾਰਾਜ ਆਪੇ ਲੈਂਦੇ ਰਹਿਣਗੇ, ਹੋਰ ਵੀ ਕਾਰਜ ਕਰਾਂਗੇ ਨਾਲ ਪੜ੍ਹਾਈ ਦੇ ਨਾਲ ਨਾਲ ਵੀ। ਜਿਹੜੀ ਆਪਣੀ ਲੜਾਈ ਹੈ ਜਿਸ ਤਰ੍ਹਾਂ ਕੋਈ ਵੀ ਹੈ ਜ਼ੁਲਮ ਦੇ ਖਿਲਾਫ਼ ਜਾਂ ਕਿਸੇ ਦੇ ਖਿਲਾਫ਼ ਆ, ਕੀ ਉਸ ਨੂੰ ਆਪਾਂ ਪੜ੍ਹਾਈ ਜੇ ਪੜ੍ਹ ਕੇ ਵੀ ਜਾਂ ਇਸ ਤਰੀਕੇ ਨਾਲ ਵੀ ਪੂਰੀ ਕਰ ਸਕਦੇ ਹਾਂ ਕਿ ਇੱਕ ਜਿਹੜੀ ਸੰਵਿਧਾਨਕ ਲੜਾਈ ਲੜਨ ਦੇ ਵਿੱਚ ਵੀ ਵਿਸ਼ਵਾਸ ਰੱਖਦੇ ਹਾਂ? ਹਾਂਜੀ 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 ਚੰਗਾ ਲੱਗਦਾ ਆ, ਚੰਗਾ ਲੱਗਦਾ ਕਿ ਆਪਾਂ ਸੰਵਿਧਾਨ ਦੇ ਤਰੀਕੇ ਨਾਲ ਵੀ ਇਹਨਾਂ ਲੜੀਏ ਆਪਣੇ ਆਪਣੇ ਹੱਕ ਜਿਹੜੇ ਲੈਣ ਦੀ ਜਾ ਸਕੀਏ। ਜਿਸ ਤਰ੍ਹਾਂ ਹੁਣ ਆਹ ਮੋਰਚਾ ਲੱਗਾ ਆ ਬੜਾ ਤਕੜਾ ਲੱਗਾ ਆ, ਆਪਣਾ CA 'ਤੇ ਲੱਗਾ, CAB ਲੱਗਾ ਆ, ਅਤੇ ਜਿਹੜਾ ਇਹਦੇ ਵਿੱਚ ਲੱਗਾ ਉਹਦੇ ਵਿੱਚ ਬਗੈਰ ਕਿਸੇ ਗੱਲ ਦੇ ਹਿੰਦੂ ਮੁਸਲਿਮ ਸਿੱਖ ਇਸਾਈ ਤੁਸੀਂ ਸਾਰਿਆਂ ਦਾ ਸਤਿਕਾਰ ਬਰਾਬਰ ਕਰਦੇ। ਹਾਂਜੀ 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 ਤੁਸੀਂ ਜਾਤੀ ਦੇ ਕੋਈ ਤੁਹਾਨੂੰ ਇਹਦਾ ਨਹੀਂ ਲੱਗਦਾ? ਹਾਂਜੀ ਇੰਨੀ ਵੀ ਖਾਲਸਾ ਕਦੇ ਵੀ ਇੱਕ ਸਿੱਖ ਵਰਗ ਲਈ ਕਰਨਾ ਚਾਹੁੰਦਾ ਆ? ਹਾਂਜੀ ਹਾਂਜੀ ਨਹੀਂ ਜੀ ਨਹੀਂ, ਖਾਲਸਾ ਸਾਰੇ ਵਰਗ ਲਈ? ਸਾਰਿਆਂ ਲਈ ਕਰੂਗਾ। ਹਾਂਜੀ ਸਾਰਿਆਂ ਲਈ ਕਰੂਗਾ ਪੱਕਾ? ਹਾਂਜੀ ਪੱਕਾ। ਉਹ ਆਪਣਾ ਆਉਣ ਵਾਲਾ ਨਿਸ਼ਾਨਾ ਕੀ ਆ ਹਜੇ ਤਾਂ? ਮਤਲਬ ਇਹੀ ਆ ਸਟੱਡੀ ਕਰਕੇ ਕੋਈ ਵਧੀਆ ਕਰਾਂਗੇ ਫਿਰ ਸਾਰਿਆਂ ਲਈ, ਜੇ ਕੋਈ ਮਹਾਰਾਜ ਨੇ ਸੇਵਾ ਦਿੱਤੀ ਅੱਗੇ ਸਾਰਿਆਂ ਵਾਸਤੇ, ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਜੀ, ਸਾਰਿਆਂ ਨੂੰ ਇੱਕ ਬਰਾਬਰ ਰੱਖ ਕੇ ਸਾਰੇ ਕਾਰਜ ਕਰਾਂਗੇ। ਆਪਣੀ ਜ਼ਿੰਦਗੀ ਨੂੰ ਨਾਲ ਨਾਲ ਬਣਾਉਣ ਦੇ ਜਿਸ ਤਰ੍ਹਾਂ ਵੀ ਦਿਲ ਕਰਦਾ ਕਿ ਮੈਂ ਪੜ੍ਹਾਂ ਵੀ ਵਧੀਆ ਕੋਈ ਚੀਜ਼ ਬਣਾ ਹੈ, ਇਹ ਦਿਲ ਕਰਦਾ ਹੈ? ਹਾਂਜੀ ਹਾਂਜੀ ਇਸ ਤਰ੍ਹਾਂ ਕਰਦਾ ਹੈ, ਉਸ ਦੇ ਨਾਲ ਨਾਲ ਜਿਹੜਾ ਵਾ ਉਹ ਵੀ ਕੌਮੀ ਜਜ਼ਬਾ ਵੀ ਹੈਗਾ ਆ। ਹਾਂਜੀ ਕਿ ਮੈਂ ਬਸ ਇਹ ਸੇਵਾ ਕਰਦੇ ਰਹਾਂਗੇ, ਸੇਵਾ ਵੀ ਕਰਦੇ ਰਹਾਂਗੇ। ਸੇਵਾ ਮਤਲਬ ਜੇ ਇਨਸਾਨ ਵੱਲ ਸਿੱਧਾ ਹੈ ਜੇ ਕਹਿ ਦੀ ਵੀ ਮਤਲਬ ਇਕੱਲੇ ਵੀ ਕਰ ਸਕਦੇ ਜਾਂ ਮੈਂ ਗਰੁੱਪ ਨਾਲ ਹੀ ਕਰ ਸਕਦੇ ਹਾਂ? ਹਾਂਜੀ ਹਾਂਜੀ ਇਕੱਲਿਆਂ ਕਰ ਸਕਦੇ ਹਾਂ, ਇਕੱਲੇ ਵੀ ਕਰ ਸਕਦੇ ਹਾਂ। ਮੈਂ ਜ਼ਿਆਦਾ ਜਵਾਬ ਮੈਂ ਹੀ ਤੁਹਾਡੇ ਦੇਈ ਜਾ ਰਿਹਾ, ਤੁਸੀਂ ਆਪਣੇ ਕੋਲ ਕੁਛ ਨਹੀਂ ਜੇ ਕਹਿੰਦੇ, ਲੋਕਾਂ ਸਾਰਿਆਂ ਮੈਨੂੰ ਕਹਿਣਾ ਕਿ ਤੁਸੀਂ ਭਾਅ ਜੀ ਸਵਾਲ ਆਪ ਹੀ ਪੁੱਟ ਕਰਦੇ, ਆਪ ਹੀ ਜਵਾਬ ਦਿੰਦੇ ਹੈ। ਕੋਈ ਕਿਸ ਤਰ੍ਹਾਂ ਮਤਲਬ ਮਨ ਤੁਸੀਂ ਆਉਣ ਵਾਲੇ ਸਮੇਂ 'ਚ ਮਤਲਬ ਪੜ੍ਹਾਈ ਤੋਂ ਬਾਅਦ ਤੁਹਾਡਾ ਕੀ ਦਿਲ ਕਰੋਗੇ ਵੀ ਕਿਸ ਤਰ੍ਹਾਂ ਕੰਮ ਹੋਣੇ ਚਾਹੀਦੇ ਸਾਡੇ ਸਾਰੇ? ਪੜ੍ਹਾਈ ਤੋਂ ਅੱਗੇ ਵੇਖੋ ਜੇ ਤਾਂ ਮੈਂ ਸਟੱਡੀ ਚੱਲਣ ਡੀ ਆ ਫਿਲਹਾਲ ਤਾਂ ਜੀ, ਅਤੇ ਕੰਪਲੀਟ ਕਰਕੇ ਫਿਰ ਅੱਗੇ ਜਿੱਦਾਂ ਵੀ ਮਿਲਿਆ ਆਪਾਂ ਨੂੰ ਮੌਕਾ ਹੋਰ ਵੀ ਸੇਵਾਵਾਂ ਕਰਾਂ ਤਾਂ ਉਹ ਵੀ ਕਰਾਂਗੇ ਜੀ, ਅਤੇ ਕਾਨੂੰਨੀ ਤੌਰ 'ਤੇ ਵੀ ਜਿਹੜੇ ਕੰਮ ਹੋਣ ਵਾਲੇ ਆ ਕੌਮ ਦੇ ਉਹ ਵੀ ਕਰਾਂਗੇ ਜੀ। ਹਾਂਜੀ ਅੱਗੇ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਇੱਕ ਹੋਰ ਸਵਾਲ ਥੋੜ੍ਹਾ ਇੱਕ ਕਰਨਾ ਹੈ ਕਿ ਜਿਹੜੀ ਸਿੱਖ ਕੌਮ ਦੀ ਆਪਾਂ ਗੱਲ ਕਰਦੇ ਹਾਂ, ਅਤੇ ਤੁਸੀਂ ਪੜ੍ਹੇ ਲਿਖੇ ਮੁੰਡੇ ਜੇ ਔਰ ਠੀਕ ਹੈ ਖਾਲਸੇ ਜੇ, ਔਰ ਤੁਸੀਂ ਕੀ ਸਮਝਦੇ ਨਹੀਂ ਕਿ ਇਹ ਜਿਹੜਾ ਕੰਮ ਹੈ ਜਿੱਦਾਂ ਤੁਹਾਨੂੰ ਇੱਕ ਨਵੇਂ ਮੁੰਡਿਆਂ ਨੂੰ ਇਹ ਕਰਨਾ ਪਿਆ ਆ, ਅਤੇ ਸਿੱਖ ਕੌਮ ਦੇ ਵਿੱਚ ਕੀ ਤਾਂ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ ਕਿ ਕੌਮ ਤੁਹਾਨੂੰ ਲੱਗਦਾ ਨਹੀਂ ਵੀ ਵਿਸਲੀ ਹੋਈ ਪਈ ਆ ਸੁੱਤੀ ਆ? ਹਾਂਜੀ ਹਾਂਜੀ ਜਿੱਥੋਂ ਤੱਕ ਗੱਲ ਠੀਕ ਹੈ ਤੁਹਾਡੀ, ਵੇਖੋ ਸਾਡੇ ਤੋਂ ਪਹਿਲਾਂ ਹੋਰ ਕਈ ਜਥੇਬੰਦੀਆਂ, ਕਿੰਨੀਆਂ ਜਥੇਬੰਦੀਆਂ ਵਾ ਜੀ, ਸਾਰੇ ਦਲ ਪੰਥ ਜਿੰਨੇ ਵੀ
ਜੀ ਇਹਨਾਂ ਨੂੰ ਵੀ ਚਾਹੀਦਾ ਸੀ ਇਹ ਕੰਮ ਕਰਨਾ। ਕੋਈ ਹੋਰ ਅਦਾਰੇ SGP ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਲਤ ਕੀਤੀ ਆ। ਹਾਂਜੀ, ਤੁਹਾਡਾ ਕਹਿੰਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿ ਇਹ ਉਹਦਾ ਮੁੱਖ ਉਹਦਾ ਫਰਜ਼ ਬਣਦਾ। ਹਾਂਜੀ ਹਾਂਜੀ, ਉਹਨਾਂ ਦਾ ਫਰਜ਼ ਬਣਦਾ ਸੀ ਪਹਿਲਾਂ ਵੀ ਜਦੋਂ ਇਹ ਬੁੱਤ ਲੱਗਣੇ ਨਹੀਂ ਚਾਹੀਦੇ ਸਿੰਘ ਸਾਹਿਬ ਦਾ। ਹਾਂਜੀ, ਸਿੰਘ ਸਾਹਿਬ ਗਿਆਨੀ ਹਰਵੀ ਸਿੰਘ ਉਹਨਾਂ ਨੂੰ ਵੀ ਚਾਹੀਦਾ ਸੀ ਇਹ ਕਦਮ ਪਹਿਲਾਂ ਹੀ, ਵੀ ਇਹ ਜਿਹੜੇ ਬੁੱਤ ਇੱਥੇ ਲੱਗਣ ਡਿਆ ਉਦੋਂ ਇਹਨਾਂ ਲੱਗਣ ਦਿੰਦੇ ਜਦੋਂ ਉਹਨਾਂ ਨੂੰ ਕੌਮ ਨੇ ਜ਼ਿੰਮੇਵਾਰੀ ਸੌਂਪੀ ਆ, ਉਹਨਾਂ ਨੂੰ ਅੱਗੇ ਜਿਹੜਾ ਚੁਣਿਆ ਗਿਆ ਤੁਹਾਡਾ ਕਹਿਣ ਵਾਲੇ ਉਹਨਾਂ ਅੱਗੇ ਲੈ ਕੇ ਆਏ ਤੇ ਇਹ ਉਹਨਾਂ ਦਾ ਵੀ ਫਰਜ਼ ਚਾਹੀਦਾ ਹੈ ਕਿ ਇਹ ਉਹਨਾਂ ਦਾ ਕੰਮ ਆ। ਹਾਂਜੀ ਹਾਂਜੀ, ਉਹਨਾਂ ਦਾ ਫਰਜ਼ ਬਣਦਾ ਸੀ ਵੀ ਇਹ ਚੀਜ਼ਾਂ ਇੱਥੋਂ ਹਟਵਾਈਆਂ ਜਾਣ ਜੀ। ਅਤੇ ਹਾਂਜੀ, ਉਹਨਾਂ ਨੂੰ ਦੱਸਿਆ ਵੀ ਅਸੀਂ ਨੋਟਿਸ ਵੀ ਦਿੱਤੇ ਹੋਰ ਜਥੇਬੰਦੀਆਂ ਨੇ ਦਿੱਤੇ, ਫਿਰ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਓ ਠੀਕ ਹੈ ਠੀਕ ਹੈ, ਤੁਹਾਡਾ ਫਿਰ ਇਹ ਮਨ ਬਣਿਆ ਕਿ ਹੁਣ ਸਾਨੂੰ ਆਪ ਹੀ ਖਾਲਸੇ ਨੂੰ ਕਰਨਾ ਪਊਗਾ। ਆਪ ਹੀ ਕਰਨਾ ਪਊਗਾ। ਹਾਂਜੀ, ਵੇਖੋ ਸਾਡੇ ਤੋਂ ਪਹਿਲਾਂ ਵੀ ਕਈ ਜਥੇਬੰਦੀਆਂ ਉੱਥੇ ਸਾਰੇ ਆਉਂਦੇ ਆਉਂਦੇ ਆ, ਕਿਸੇ ਨੇ ਕੋਈ ਖਾਲਸਾ ਪੂਰੀ ਦੁਨੀਆ 'ਤੇ ਇੰਨਾ ਕੁਛ ਕਰ ਰਿਹਾ, ਇੰਨੀ ਸੇਵਾ ਕਰ ਰਿਹਾ, ਖਾਲਸਾ ਏਡ ਸੇਵਾ ਕਰ ਰਹੀ ਆ, ਹਜ਼ਾਰਾਂ ਸਿੱਖਾਂ ਜਥੇਬੰਦੀਆਂ ਸੇਵਾ ਕਰ ਰਹੀਆਂ ਆ, ਅਤੇ ਜਿਹੜਾ ਇਹ ਆਪਣੀ ਵਿਰਾਸਤ ਨੂੰ ਸਾਂਭਣਾ, ਇੱਧਰ ਕੋਈ ਮਤਲਬ ਤੁਸੀਂ ਸਮਝਦੇ ਕੋਈ ਧਿਆਨ ਨਹੀਂ ਇੰਨਾ ਦੇ ਰਹੇ ਨਾ ਲੱਗਦਾ। ਹਾਂਜੀ ਹਾਂਜੀ, ਇਹ ਤਾਂ ਤੁਹਾਡੀ ਗੱਲ ਠੀਕ ਆ ਵੀ ਨਹੀਂ ਧਿਆਨ ਦਿੱਤਾ ਜਾ ਰਿਹਾ, ਪਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਇਹ ਸਾਡੇ ਆਉਣ ਵਾਲੇ ਪੀੜ੍ਹੀ ਵਾਸਤੇ ਜ਼ਰੂਰੀ ਆ ਚੀਜ਼ਾਂ, ਜਿਹੜੀਆਂ ਵਿਰਾਸਤ ਖਤਮ ਹੁੰਦੀ ਜਾ ਰਹੀ, ਸਾਡੀ ਪੁਰਾਣੀ ਪੁਰਾਤਨ ਵਿਰਾਸਤ ਸਾਂਭਣੀ ਚਾਹੀਦੀ ਆ, ਇਹਦੇ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ, ਕਿਉਂਕਿ ਦੇਣਾ ਚਾਹੀਦਾ ਧਿਆਨ ਇੱਧਰ ਸਾਰੇ ਜਥੇਬੰਦੀਆਂ ਨੂੰ, ਹੋਰ SGPC ਜਿਹੜੀ ਆ, ਸਿਰਮੌਰ ਸੰਸਥਾ ਜਿਹੜੀ ਆ ਮੇਨ, ਇਹਨਾਂ ਨੂੰ ਵੀ ਚਾਹੀਦਾ ਧਿਆਨ। ਕਾਨੂੰਨੀ ਅਧਿਕਾਰ ਵੀ ਕਾਫੀ ਹੈਗੇ ਆ ਜੀ, ਸਾਰਾ ਜੀ ਉਹ ਕਰ ਸਕਦੇ ਆ, ਜਿਸ ਤਰ੍ਹਾਂ ਉਹ ਗੁਰਦੁਆਰਾ ਮੰਗੂ ਮੱਠ ਵੀ ਹੋਇਆ ਜਾਂ ਗਿਆਨ ਗੋਦੜੀ ਆ, ਸਾਰੇ ਆ ਇਹ ਉਹਨਾਂ ਬਾਰੇ ਤੁਸੀਂ ਸੋਚਦੇ ਵੀ ਚਾਹੁੰਦੇ ਜੇ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਲ ਕਰੇ? ਹਾਂਜੀ, ਇੱਕ ਕਮੇਟੀ ਗੱਲ ਕਰੇ, ਉਹਨੂੰ ਉਹਦੀ ਜ਼ਿੰਮੇਵਾਰੀ ਹੈ, ਉਹਦੀ ਜ਼ਿੰਮੇਵਾਰੀ ਹੈ, ਅਗਰ ਉਹ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਖਾਲਸਾ ਆਪਣਾ ਫੈਸਲਾ ਆਪ ਲੈਂਦਾ। ਹਾਂਜੀ, ਹੁਣ ਵੀ ਇਸ ਤਰ੍ਹਾਂ ਹੋਇਆ ਸੀ? ਹਾਂਜੀ ਹਾਂਜੀ, ਹੁਣ ਵੀ ਇੱਦਾਂ ਹੀ, ਪਹਿਲਾਂ ਵੀ ਇਹਨਾਂ ਨੂੰ ਸਾਰਾ ਧਿਆਨ ਜਿਨ੍ਹਾਂ 'ਤੇ ਦਵਾਇਆ ਗਿਆ, ਸਾਰਾ ਜਥੇਬੰਦੀਆਂ ਨੇ, ਹੋਰ ਵੀ ਜਥੇਬੰਦੀਆਂ ਨੇ ਜੀ, ਅਤੇ ਕੋਈ ਇਹਨਾਂ ਨੇ ਕਦਮ ਨਹੀਂ ਚੁੱਕਿਆ, ਜਿਹਦੇ ਕਰਕੇ ਫਿਰ ਸਾਰੇ ਸਿੰਘਾਂ ਨੇ ਫਿਰ ਕੰਮ ਕੀਤਾ। ਓਕੇ, ਫਿਰ ਇਹ ਕੀਤਾ ਆ, ਮਤਲਬ ਇਹ ਕਹਿ ਲਓ ਵੀ ਸਾਰਾ ਜਦੋਂ ਪਾਣੀ ਲੰਘ ਗਿਆ ਸਾਰੇ ਕੰਮ ਤੋਂ, ਅਤੇ ਫਿਰ ਇਹ ਮਤਲਬ ਕੀਤਾ ਵੀ ਨਹੀਂ ਇਹ ਹੁਣ ਇਹ ਹੱਥੀਂ ਕਰਨਾ ਪੈਣਾ, ਜੋ ਖਾਲਸੇ ਦੀ ਰੋਹ ਰੀਤਿਆ ਤੁਸੀਂ ਉਹ ਕੀਤਾ, ਉਹ ਕੀਤਾ। ਹਾਂਜੀ, ਜੋ ਖਾਲਸੇ ਦਾ ਕੰਮ ਸੀ ਉਹ ਖਾਲਸੇ ਦਾ ਕੰਮ ਕੀਤਾ। ਖਾਲਸਾ ਤੁਸੀਂ ਜੇ ਆਪਾਂ ਖਾਲਸੇ ਦੀ ਸਿੱਖ ਕੌਮ ਦੀ ਗੱਲ ਕਰਦੇ ਹਾਂ, ਅਤੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ, ਧਰਮ ਬਿਨਾਂ ਸਭ ਤਲੇ ਮਿਲੇ, ਤਾਂ ਜਿਸ ਤਰ੍ਹਾਂ ਖਾਲਸੇ ਦਾ ਕਦੀ ਇਹ ਮਨ 'ਚ ਵਿਚਾਰ ਨਹੀਂ ਆਇਆ ਕਿ ਪੰਜਾਬ ਦੇ ਵਿੱਚ ਉਹ ਸਰਕਾਰਾਂ ਦੇ ਵਿੱਚ ਆਪਣਾ ਵੱਖਰਾ ਜਿਸ ਤਰ੍ਹਾਂ ਕੋਈ ਆਪਣੇ ਨੁਮਾਇੰਦੇ ਜਾਂ ਉਹ ਸਾਡੇ ਹੁਣ ਜਿੱਦਾਂ MLA ਆ ਜਾਂ MP ਆ ਉਹ ਖਾਲਸੇ ਦੇ ਆਪਣੇ ਹੋਣ, ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਨਹੀਂ? ਹਾਂਜੀ ਹਾਂਜੀ, ਬਿਲਕੁਲ ਜੀ, ਇਹ ਹੋਣਾ ਚਾਹੀਦਾ, ਜਿੱਦਾਂ ਤੁਸੀਂ ਦੱਸ ਦਿੱਤਾ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ, ਇਹ ਹੋਣਾ ਚਾਹੀਦਾ। ਮਹਾਰਾਜ ਛੇਵੇਂ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ, ਉਹਨਾਂ ਮਤਲਬ ਇਹੀ ਵੀ ਇੱਕ ਪਾਸੇ ਰਾਜਨੀਤਿਕ ਸ਼ਕਤੀ ਵੀ ਹੋਣੀ ਚਾਹੀਦੀ ਆ ਖਾਲਸੇ ਕੋਲ ਜੀ, ਉਹਨਾਂ ਦਾ ਸੰਦੇਸ਼ ਇਹੋ ਹੀ। ਪਰ ਹੁਣ ਵੇਖਿਆ ਜਾਵੇ ਤਾਂ ਬਹੁਤ ਘੱਟ ਆ, ਕੋਈ ਧਿਆਨ ਨਹੀਂ ਦਿੰਦਾ ਇਸ ਪਾਸੇ ਜੀ, ਜਦਕਿ ਇਹ ਹੋਣਾ ਚਾਹੀਦਾ, ਇੱਧਰ ਪਾਸੇ ਖਾਲਸੇ ਨੂੰ ਜਾਣਾ ਚਾਹੀਦਾ ਰਾਜਨੀਤੀ ਵਾਲੇ ਪਾਸੇ ਥੋੜ੍ਹਾ। ਮਤਲਬ ਜਿਸ ਤਰ੍ਹਾਂ ਸਰਕਾਰਾਂ, ਮਤਲਬ ਸਰਕਾਰਾਂ ਜੋ ਜੇ ਲੱਭ ਜਾਏ, ਜੇ ਸਰਕਾਰਾਂ ਵਿੱਚ ਖਾਲਸਾ ਹੋਊਗਾ ਤਾਂ ਉਹ ਨੁਮਾਇੰਦਗੀ ਕਰੂਗਾ ਅਤੇ ਉਹ ਆਪਣੇ ਹੱਕਾਂ ਵਾਸਤੇ ਇਸ ਸੰਵਿਧਾਨਕ ਤਰੀਕੇ ਨਾਲ ਵੀ ਲੜ ਸਕਦਾ। ਹਾਂਜੀ ਹਾਂਜੀ, ਕਾਨੂੰਨੀ ਤਰੀਕੇ ਨਾਲ, ਸੰਵਿਧਾਨਕ ਤਰੀਕੇ ਨਾਲ ਆਪ ਲੜ ਸਕਦਾ, ਆਪਣੇ ਹੱਕ ਲੈ ਸਕਦਾ। ਸਾਡੀਆਂ ਵੋਟਾਂ ਪੰਜਾਬ 'ਚ ਹੈਗੀਆਂ, ਮਤਲਬ ਜਿਹਨੇ ਖਾਲਸੇ ਦੀਆਂ ਵੋਟਾਂ ਹੈਗੀਆਂ ਪੰਜਾਬ ਦੇ? ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਮੈਂ ਸਿੱਖ ਆਉਂਦੀਆਂ ਵੋਟਾਂ ਵੀ ਗਿਣਤੀ 'ਚ ਆਉਂਦੀਆਂ 'ਚ ਆਉਂਦੀਆਂ। ਹਾਂਜੀ, ਵੇਖੋ ਜਿੱਥੇ ਦੂਜੇ ਸਰਸੇ ਵਾਲੇ ਆ, ਦੂਜੇ ਤੀਜੇ ਸਾਰੇ ਆ। ਹਾਂ ਹਾਂਜੀ, ਅਤੇ ਇਹਦੇ ਨਾਲ ਖਾਲਸੇ ਵੀ ਗਿਣਤੀ 'ਚ ਆਉਂਦੀ ਹੈ, ਖਾਲਸੇ ਦੀਆਂ ਵੋਟਾਂ ਵੀ ਆਉਂਦੀਆਂ, ਅਤੇ ਇਹਨਾਂ ਨੂੰ ਚਾਹੀਦਾ ਵੀ ਆਪਣੀ ਨੁਮਾਇੰਦਗੀ ਕਰਨ, ਆਪਣੀ ਨੁਮਾਇੰਦਗੀ ਆਪ ਕਰਨ, ਤਕੜੇ ਹੋ ਕੇ ਤਾਂ ਆਪਣੇ ਹੱਕਾਂ ਲਈ ਆਪ ਸੰਵਿਧਾਨਕ ਤਰੀਕੇ ਨਾਲ, ਸੰਵਿਧਾਨਕ ਤਰੀਕੇ ਨਾਲ ਲੜਨਾ। ਹਾਂਜੀ, ਸੰਵਿਧਾਨਕ ਤਰੀਕੇ ਨਾਲ ਲੜਨਾ। ਔਰ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ, ਮੈਸੇਜ ਇਹੀ ਆ ਕੌਮ ਨੂੰ ਵੀ ਆਪ ਜਾਗਰੂਕ ਹੋਵੋ, ਸਾਰੇ ਇਕਜੁੱਟ ਹੋਵੋ, ਜਿਹੜੇ ਕਿੰਨਾ ਕਿੰਨਾ ਚੀਜ਼ਾਂ ਬਾਰੇ ਜਾਗਰੂਕ ਕਰਨਾ ਹੈ ਉਹ ਵੀ ਮਤਲਬ ਥੋੜ੍ਹਾ ਜਿਹਾ ਜਾਗਰ ਕਰ ਦਿਓ ਸਾਹਮਣੇ, ਵੀ ਆਪਣੇ ਕੌਮ ਨੂੰ ਤੁਸੀਂ ਕੀ ਕਹਿਣਾ ਚਾਹੋ, ਕਿਹੜੇ ਕਿਹੜੇ ਚੀਜ਼ਾਂ ਮੇਰੇ ਹੋਣੀ ਚਾਹੀਦੀਆਂ? ਹਾਂਜੀ, ਆਪਣੇ ਇਤਿਹਾਸ ਬਾਰੇ ਵੀ ਪੜ੍ਹੋ, ਬੱਚਿਆਂ ਨੂੰ ਆਪਣਿਆਂ ਨੂੰ ਪੜ੍ਹਾਓ, ਹੋਰ ਉਹਨਾਂ ਨੂੰ ਸਾਰੀ ਜਾਣਕਾਰੀ ਦਿਓ, ਜਿਹੜੀਆਂ ਹੁਣ ਕਈ ਮਸਲੇ ਕਰਨ ਵਾਲੇ ਆ ਕੌਮ ਦੇ ਵਿੱਚ, ਸਹੀ
ਉਹ ਵੀ ਆ ਜਿਹੜੇ ਇਤਿਹਾਸਿਕ ਚੀਜ਼ਾਂ ਉਹ ਵੀ ਆਪਣੀਆਂ ਬਚਾਓ ਜੀ, ਸਾਰੇ ਇਕੱਠੇ ਹੋ ਕੇ। ਹਾਂਜੀ, ਉਹ ਸਾਰਾ ਕੁਛ ਇਹ ਸਾਰਾ ਕੰਮ ਕਰਨਾ ਚਾਹੀਦਾ। ਹਾਂਜੀ ਹਾਂਜੀ ਚਾਹੀਦਾ। ਸ਼ਾਹਾਂ ਦਾ ਨਾ ਨਾ ਘਟਿਆ ਕਦੇ, ਸ਼ਾਹਾਂ ਦਾ ਨਾ ਨਾ ਘਟਿਆ ਨਾ ਘਟਿਆ ਇਹਨਾਂ ਦਾ ਅਤਾਬ ਕਿਤੇ, ਨਾ ਜੈਮਲ ਹੀ ਫੱਤਾ ਮਾਰਗ ਦਿੱਲੀ ਵਿੱਚ, ਨਾ ਜੈਮਲ ਹੀ ਫੱਤਾ ਮਾਰਗ ਦਿੱਲੀ ਵਿੱਚ, ਨਾ ਦੁੱਲਾ ਪੱਟੀ ਲਾਹੌਰ, ਨਾ ਦੁੱਲਾ ਪੱਟੀ ਮਾਰਗ ਲਾਹੌਰ ਜਨਾਬ ਕਿਤੇ, ਨਾ ਦੁੱਲਾ ਪੱਟੀ ਮਾਰਗ ਲਾਹੌਰ ਜਨਾਬ ਕਿਤੇ। ਸੋ ਤੁਸੀਂ ਵੇਖਿਆ ਆ ਕਿ ਇਸ ਕੌਮੀ ਯੋਧੇ ਦੀਆਂ ਕੌਮੀ ਜਜ਼ਬੇ ਵਾਲੀਆਂ ਤੁਸੀਂ ਗੱਲਾਂ ਨੋਟ ਕੀਤੀਆਂ ਆ ਕਿ ਉਹ ਇਹਦਾ ਉਹ ਇਹ ਮਤਲਬ ਨਹੀਂ ਗਾ ਕਿ ਉਹ ਜ਼ਿੰਦਗੀ 'ਚ ਅਸਧਾਨਿਕ ਜਾਂ ਉਹ ਹਿੰਸਕ ਕਾਰਵਾਈਆਂ ਦੇ ਵਿੱਚ ਉਹ ਵਿਸ਼ਵਾਸ ਰੱਖਦਾ ਹੈ। ਉਹਨਾਂ ਕਿਹਾ ਕਿ ਮੇਰਾ ਵਿਸ਼ਵਾਸ ਹਮੇਸ਼ਾ ਆਪਣੀ ਸਭ ਤੋਂ ਪਹਿਲਾਂ ਖਾਲਸਾ ਹੈ, ਉਹ ਕਿ ਪੜ੍ਹਾਈ ਵੀ ਕਰਨਾ ਚਾਹੁੰਦਾ ਹੈ ਔਰ ਉਹ ਸੰਵਿਧਾਨਕ ਤਰੀਕੇ ਨਾਲ ਆਪਣੀਆਂ ਹਰ ਜੋ ਵੀ ਉਹਦੀਆਂ ਲੜਾਈਆਂ ਆ ਜ਼ੁਲਮ ਦੇ ਖਿਲਾਫ਼ ਉਹ ਇਹ ਕਰਨਾ ਚਾਹੁੰਦਾ ਹੈ, ਔਰ ਕੌਮ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਨੁਮਾਇੰਦਗੀਆਂ ਜਾ ਕੇ ਕਰੀਏ, ਆਪਣੇ ਸਾਡੇ ਨੁਮਾਇੰਦੇ ਸਾਡੇ ਆਪਣੇ ਹੋਣਗੇ ਤਾਂ ਸਾਡੇ ਹੀ ਗੱਲ ਕਰਨਗੇ। ਸੋ ਇਹਨੇ ਦੇ ਨਾਲ ਹੀ ਖਿਮਾ ਦੇ ਜਾ ਚੁੱਕਿਆ ਜੀ, ਆਓ ਗੱਜ ਕੇ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।